ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਸਿੰਪਲੀਸਿਟੀ ਜਿਹੜੀ ਹੁੰਦੀ ਆ ਇਸ ਨੂੰ ਬੈਸਟ ਮੰਨਿਆ ਜਾਂਦਾ ਆ ਜਿਹੜੀ ਗੱਲ ਛੋਟੀ ਹੋਵੇ ਸਹਿਜ ਹੋਵੇ ਉਹ ਸਿੰਪਲ ਹੁੰਦੀ ਆ ਗੱਲ ਸਮਝਣ ਦੀ ਲੋੜ ਹੁੰਦੀ ਆ ਕਿਉਂਕਿ ਰੱਬ ਨੇ ਦੁਨੀਆ ਜਿਹੜੀ ਬਣਾਈ ਸੀ ਬੜੀ ਸੌਖੀ ਬਣਾਈ ਸੀ ਪਰ ਅੱਜ ਦੇ ਤਰੀਕ ਦੇ ਵਿੱਚ ਉਸ ਨੂੰ ਘੁੰਮਣ ਘੇਰੀਆਂ ਵਿੱਚ ਪਾ ਕੇ ਵਾਵਰੋਲੀਆਂ ਵਿੱਚ ਪਾ ਕੇ ਅਸੀਂ ਸਭ ਨੇ ਬਹੁਤ ਕੰਪਲਿਕੇਟਿਡ ਬਣਾ ਦਿੱਤਾ ਅਸੀਂ ਇਸ ਸ਼ੋਅ ਦੇ ਵਿੱਚ ਪੋਲਿਟੀਕਲ ਮੁੱਦੇ ਲੈਣੇ ਆ ਅਸੀਂ ਇਸ ਸ਼ੋਅ ਦੇ ਵਿੱਚ ਕ੍ਰਾਈਮ ਨਾਲ ਜੁੜੇ ਹੋਏ ਮੁੱਦੇ ਲੈ ਸਕਦੇ ਆ ਅਸੀਂ ਇਸ ਸ਼ੋਅ ਦੇ ਵਿੱਚ ਹਰ ਉਹ ਸੋਸ਼ਲ ਮੂਵਮੈਂਟ ਨਾਲ ਜੋੜਦੇ ਆ ਜਿਸ ਨਾਲ ਕੇ ਸਾਨੂੰ ਲੱਗਦਾ ਹੈ ਕਿ ਸਮਾਜ ਕਿਤੇ ਨਾ ਕਿਤੇ ਲਿੰਕ ਰੱਖਦਾ ਹੈ ਉਸ ਮੂਵਮੈਂਟ ਦਾ ਸਮਾਜ ਦੇ ਉੱਤੇ ਕੋਈ ਅਸਰ ਪੈ ਸਕਦਾ ਹੈ ਕਿਸੇ ਤਰ੍ਹਾਂ ਦਾ ਕੋਈ ਭੜਾ ਹੋ ਸਕਦਾ ਹੈ ਇਹ ਇੱਕ ਇਹ ਅਜੀਹਾ ਮੰਚ ਹੈ ਜੜੀਆਂ ਕੇ ਬਹੁਤ ਸਾਰੀਆਂ ਕੁਮਨਕੇਰੀਆਂ ਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਇਸ ਨਾਰਾਹੀ ਗੱਲ ਸਿੰਪਲ ਹੈ ਇਕ ਅਜਿਹਾ ਟਾਕ ਸ਼ੋਅ ਜਿਸ ਵਿੱਚ ਤੁਹਾਨੂੰ ਵੱਖ-ਵੱਖ ਹਸਤੀਆਂ ਨਾਲ ਮਲਾਉਣ ਦੀ ਕੋਸ਼ਿਸ਼ ਕਰੀਦੀ ਹੈ ਇੱਕ ਅਜਿਹਾ ਟਾਕ ਸ਼ੋਅ ਜਿਸ ਵਿੱਚ ਅਸੀਂ ਐਨਾਲਿਸਿਸ ਕਰਨ ਦਾ ਕੋਸ਼ਿਸ਼ ਕਰੀਦਾ ਹੈ ਇੱਕ ਅਜਿਹਾ ਟਾਕ ਸ਼ੋਅ ਜਿਸ ਵਿੱਚ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਲੋਕਾਂ ਦੇ ਦਿਲਾਂ ਤੱਕ ਤਾਂ ਜਾਈਏ ਹੀ ਲੋਕਾਂ ਦੇ ਘਰਾਂ ਤੱਕ ਵੀ ਜਾਈਏ ਕਿਉਂਕਿ ਸਵਾਲ ਇੱਥੇ ਪੰਜਾਬ ਦਾ ਹੈ ਤੇ ਜਿਸ ਘਰ ਵਿੱਚ ਪੰਜਾਬ ਦੇ ਹਾਲ ਚੰਗਾ ਨਹੀਂ ਹੋਏਗਾ ਉਸ ਘਰ ਦੀ ਹਾਲਤ ਜੜੀ ਹੈ ਦੱਸਣੀ ਵੀ ਪਏਗੀ ਉੱਪਰ ਤੱਕ ਗੱਲ ਵੀ ਪਹੁੰਚਾਣੀ ਪਏਗੀ ਜ਼ੋਰ ਦੀ ਬੋਲਣਾ ਵੀ ਪਏਗਾ ਤਾਂ ਕਿ ਲੋਕਾਂ ਦੇ ਕੰਨਾਂ ਤੱਕ ਜੜੀ ਹੈ ਉਹ ਗੱਲ ਪਹੁੰਚ ਸਕੇ ਸੋ ਗੱਲ ਸਿੰਪਲ ਹੈ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰ ਲੈਂਦੀ ਹੈ ਇਸ ਸ਼ੋਅ ਦੇ ਵਿੱਚ ਤੇ ਅੱਜ ਜਿਹੜੀ ਗੱਲ ਕਰਨੀ ਹੈ ਉਹ ਆਪਣੇ ਹੀ ਘਰਾਂ ਦੀ ਕਰਨੀ ਹੈ ਉਹ ਆਪਾਂ ਕਿਸਾਨੀ ਦੀ ਹੀ ਕਰਨੀ ਹੈ ਬਹੁਤ ਸਾਰੇ ਲੋਕ ਕਈ ਵਾਰੀ ਨਾ ਇਹ ਪੁੱਛ ਲੈਂਦੇ ਨੇ ਕਿ ਅਜੇ ਥੋੜੇ ਦਿਨ ਪਹਿਲਾਂ ਇਹ ਤੁਸੀਂ ਕਿਸਾਨਾ تھے ਕਿਸਾਨੀ ਤੇ ਖੇਤੀ ਬਾੜੀ ਤੇ ਸ਼ੋਅ ਕੀਤਾ ਸੀ ਤੇ ਅੱਜ ਫੇਰ ਤੁਸੀਂ ਕਿਸਾਨੀ ਲੈ ਕੇ ਬੈਠ ਗਏ ਇੰਨੇ ਸਾਰੇ ਪੋਲਿਟੀਕਲ ਮੁੱਦੇ ਨੇ ਅਸੀਂ ਵੀ ਰੋਜ਼ ਉਹਨਾਂ ਤੇ ਗੱਲਬਾਤ ਕਰਦੇ ਆਂ ਉਗਿਉ ਨੇ ਕੁਸ਼ੂ ਰਹਾ ਗਾਲੇ ਹੈ ਕਿ ਪੰਜਾਬ ਹੈ ਹੀ ਕਿਸਾਨਾਂ ਦਾ ਤੇ ਪੰਜਾਬ ਹੈ ਹੀ ਖੇਤੀਬਾੜੀ ਦਾ ਜਿਹਨੂੰ ਖੇਤੀਬਾੜੀ ਪ੍ਰધાન ਸੂਬਾ ਕਹਿ ਦਿੱਤਾ ਜਾਏ ਤੇ ਉਹਨਾਂ ਦੇ ਮਸਲੇ ਜਦ ਹੱਲ ਨਾ ਹੋਣ ਉਹਨਾਂ ਦੀਆਂ ਪ੍ਰੋਬਲਮਸ ਬਾਰੇ ਜਦ ਕੋਈ ਗੱਲ ਨਾ ਕਰੇ ਤਾਂ ਗੱਲ ਕਰਨੀ ਪੈਂਦੀ ਹੈ ਅਸੀਂ ਗੱਲ ਨਹੀਂ ਕਰਾਂਗੇ ਤਾਂ ਕੌਣ ਕਰੇਗਾ ਸਾਡੇ ਕੋਲ ਵੀ ਬਹੁਤ मसालेदार सा भी बहुत रोचक साढ़े को बहुत कुछ अजिहा है आ, जो कि दर्शकों के आ, भी इंटरस्ट का हो सकता है आम लोगों के इंटरस्ट का हो सकता है ਪੋਲਿਟੀਕਲ ਜਿਹੜੇ ਲੋਕ ਨੇ ਉਹਨਾਂ ਦਾ ਇੰਟਰਸਟ ਤਾਂ ਹੋ ਸਕਦਾ ਹੈ ਪਰ ਅਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਅਸੀਂ ਉਸ ਚੀਜ਼ ਨੂੰ ਕੇਂਦਰਤ ਕਰੀਏ ਉਸ ਚੀਜ਼ ਵੱਲ ਇਸ਼ਾਰਾ ਕਰੀਏ ਬਿਆਨਬਾਜ਼ੀਆਂ ਬਹੁਤੀਆਂ ਆ ਦਿਖਾਉਂਦਿਆਂ ਹੋਇਆਂ ਅਸੀਂ ਉਹ ਚੀਜ਼ਾਂ ਨੂੰ ਦਿਖਾਈਏ ਜਿਹੜੀਆਂ ਪੰਜਾਬ ਵਿੱਚ ਵਾਕਈ ਹੋ ਰਹੀਆਂ ਨੇ ਪੰਜਾਬ ਦੇ ਹਾਲਾਤ ਵਾਕਈ ਦੱਸ ਦਿਆਂ ਨੇ ਤੇ ਕਿਸਾਨਾਂ ਦੀ ਗੱਲ ਅਸੀਂ ਤਾਂ ਕਰਕੇ बार-बार ਲੈ ਕੇ ਆਉਂਨੇ ਆ ਕਿਉਂਕਿ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਜਦ ਮੈਨੀਫੈਸਟੋਰਜ਼ ਆਉਂਦੇ ਨੇ ਕਰਜ਼ਾ ਮਾਫੀ ਦੀ ਪੂਰੀ ਪੂਰੀ ਗੱਲ ਹੋ ਜਾਂਦੀ ਹੈ ਇੰਪਲੀਮੈਂਟੇਸ਼ਨ ਬਾਰੇ ਕੋਈ ਦੱਸਦਾ ਨਹੀਂ ਜਦ ਸਟੇਜਾਂ ਤੇ ਬੋਲਣ ਦੀ ਹਾਲੀਆ ਵਾਰੀ ਆਈ ਕਿਸੇ ਨੇ ਖੇਤੀਬਾੜੀ ਦਾ ਜ਼ਿਕਰ ਨਹੀਂ ਕੀਤਾ ਕਿਸਾਨਾਂ ਨੂੰ ਮੁੱਖ ਤੌਰ ਤੇ ਵੋਟਰ ਤਾਂ ਮੰਨ ਲਿਆ ਗਿਆ ਵੋਟ ਦੇਣ ਵਾਲੇ ਲੋਕ ਤਾਂ ਮੰਨ ਲਿਆ ਗਿਆ ਜਨਤਾ ਤਾਂ ਮੰਨ ਲਿਆ ਗਿਆ ਪਰ ਖੇਤੀਬਾੜੀ ਨੀਤੀਆਂ ਕਿਤੇ ਲੁੱਕ ਜੀਆਂ ਗਈਆਂ ਖੇਤੀਬਾੜੀ ਨੀਤੀਆਂ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਡਿਵੈਲਪਮੈਂਟ ਪਲਾਨਸ ਤੇ ਬੜੀ ਖੁੱਲ ਕੇ ਗੱਲ ਹੋ ਰਹੀ ਸੀ ਵਿਕਾਸ ਦੀਆਂ ਸਲਾਈਡਸ ਵੀ ਦਿਖਾਈਆਂ ਗਈਆਂ ਹਰ ਪਾਰਟੀ ਕੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਚੱਲੀਏ ਪਰ ਸਿਰਫ ਤੇ ਸਿਰਫ ਇੱਕ ਇੰਡੀਵਿਜੂਅਲ ਨਾਲ ਤੁਰਦਾ ਹੋ ਸਕਦਾ ਨਜ਼ਰ ਆਏ ਜਾਂ ਇਹ ਨਾ ਜ਼ਰੂਰ ਕਰਤਾ ਕਿ ਕਿਸਾਨ ਦੀਆਂ ਜਿਹੜੀਆਂ ਪਾਰਟੀਆਂ ਰਾਜੇਵਾਲ ਲੱਖੋ ਵਾਲੇ ਸਾਰੀਆਂ ਪਾਰਟੀਆਂ ਵੱਖ-ਵੱਖ ਪੋਲਿਟੀਕਲ ਪਾਰਟੀ ਵਿੱਚ ਜ਼ਰੂਰ ਵੰਡੀਆਂ ਗਈਆਂ ਹਮਾਇਤ ਦੇ ਰੂਪ ਦੇ ਵਿੱਚ ਪਰ ਜੇ ਕਿਸਾਨ ਦੀ ਆਪਣੀ ਗੱਲ ਕਰੀਏ ਤਾਂ ਕਿਸਾਨ ਦੀ ਹਾਲਤ ਉਦਾਂ ਦੀ ਉਦਾਂ ਰਹੀ ਹੋਂ ਤੱਕ 10000 ਜੜੀਆਂ ਨੇ ਉਹ ਖੁਦਕੁਸ਼ੀਆਂ ਜੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਖੁਦਕੁਸ਼ੀਆਂ ਜਦ ਹੋਣੀ ਇਹ ਇੱਕ ਗੱਲ ਜਦੋਂ ਅਸੀਂ ਦੱਸਦੇ ਹੈਗੇ ਆ ਇਹ ਜਿਹੜੀ ਫਿਗਰ ਜਿਹੜੀ ਆਪਾਂ ਦੱਸਦੇ ਹੈਗੇ ਆ ਇਹ ਅਸੀਂ ਉਸ ਵਕਤ ਤੇ ਦੱਸਦੇ ਹੈਗੇ ਆ ਜਦ ਕਿ ਸਾਡੇ ਕੋਲ ਇੱਕ ਸੋਲਿਡ ਅੰਕੜਾ ਅੰਕੜੇ ਦੇ ਆਸ-ਪਾਸ ਦੀ ਜਿਹੜੀ ਫਿਗਰ ਹੈ ਉਹ ਆ ਜਾਂਦੀ ਹੈਗੀ ਆ ਸੋ ਅਜਿਹੇ ਵਿੱਚ ਵੀ ਜਿਹੜਾ ਰਾਹ ਹੈ ਉਹ ਕੋਈ ਸੁਖਾਲਾ ਹੁੰਦਾ ਨਜ਼ਰ ਨਹੀਂ ਆ ਰਿਹਾ ਰੀਡਵੈਲਪਮੈਂਟ ਤੇ ਗੱਲ ਨਹੀਂ ਹੋ ਰਹੀ ਰੀਡਵੈਲਪਮੈਂਟ ਤਾਂ ਹੋਏਗੀ ਜੇ ਡਵੈਲਪਮੈਂਟ ਹੋਏਗੀ ਇਹਨਾਂ ਨੀਤੀਆਂ ਦੇ ਉੱਤੇ ਸੋ ਚੋਣ ਮੁਹਿਮ ਜੜੀ ਹੈ ਏਹ ਨਹੀਂ ਬਣ پا ਰਹੀ ਕਿਸਾਨੀ ਦੇ ਵੱਲ ਨੂੰ ਨਹੀਂ ਜਾ پا ਰਹੀ ਸੋ ਇਸ ਪੂਰੇ ਮਸਲੇ ਵੱਲ ਇਸ ਪੂਰੇ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਸੰਦੇਸ਼ ਆਲਕ ਜੀ ਸੰਦੇਸ਼ ਕਿਸਾਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਵੋਟਾਂ ਦਾ ਦੌਰ ਆਉਂਦਾ ਹੈ ਜਾਂ ਫਿਰ ਵੋਟਾਂ ਤੋਂ ਪਹਿਲਾਂ ਵੀ ਕੋਈ ਰਾਜਨੀਤਿਕ ਹਸਤੀ ਕੋਈ ਵੀ ਗੱਲ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨਾਂ ਦਾ ਮੁੱਦਾ ਹੈ ਜਿਹੜਾ ਉਹ ਬਹੁਤ ਪਹਿਲ ਦੇ ਆਧਾਰ ਤੇ ਚੱਕਿਆ ਜਾਂਦਾ ਜਦੋਂ ਮੈਨੀਫੈਸਟੋਜ਼ ਜਾਰੀ ਹੋਏ ਸੀ ਫਿਰ ਚਾਹੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਸੀ ਕਾਂਗਰਸ ਦਾ ਮੈਨੀਫੈਸਟੋ ਸੀ ਆਮ ਆਦਮੀ ਪਾਰਟੀ ਨੇ ਤਾਂ ਖੈਰ ਕਿਸਾਨਾਂ ਲਈ ਇੱਕ ਵੱਖਰਾ ਹੀ ਮੈਨੀਫੈਸਟੋ ਜਾਰੀ ਕੀਤਾ ਜਦੋਂ ਮੈਨੀਫੈਸਟੋਜ਼ ਦੀ ਗੱਲ ਹੋਈ ਜਦੋਂ ਇੱਕ ਲਹਿਰ ਜੀ ਚੱਲੀ ਸੀ ਚੋਣਾਂ ਦੀ ਉਸ ਦੌਰਾਨ ਕਿਸਾਨਾਂ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਸੀ ਬਹੁਤ ਤਵੱਜੋ ਦਿੱਤੀ ਗਈ ਸੀ ਕਿਸਾਨਾਂ ਲਈ ਇਹ ਵੀ ਕਾਰਨਾ ਕਿਸਾਨਾਂ ਲਈ ਕਿਆ ਸੀ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕਰ ਦਿੱਤੇ ਜਾਣਗੇ ਕਰਜ਼ੇ ਆ ਜਿਹੜੇ ਉਹਨਾਂ ਨੂੰ ਘਟਾ ਦਿੱਤਾ ਜਾਵੇਗਾ ਪਰ ਇਹ ਨਹੀਂ ਸੋਚਿਆ ਕਿ ਇੱਕ ਵਾਰ ਸਾਰੇ ਕਰਜ਼ੇ ਮਾਫ ਹੋ ਜਾਣਗੇ ਬਾਅਦ ਦੇ ਵਿੱਚ ਕੀ ਹੋਊਗਾ ਤੇ ਹੁਣ ਹੈ ਜਿਹੜਾ ਥੋੜਾ ਕੁ ਟਾਈਮ ਜਦੋਂ ਵਿਧਾਨ ਸਭਾ ਚੋਣਾਂ ਸ਼ੁਰੂਆਤੀ ਜੇ ਹੋਇਆ ਸੀ ਇੱਕ ਸ਼ੁਰੂਆਤ ਜੀ ਹੋਈ ਸੀ ਉਸ ਦੌਰਾਨ ਬਹੁਤ ਚੱਲਿਆ ਸੀ ਤੇ ਪਰ ਹੁਣ ਜਿਹੜਾ ਸਮਾਂ ਹੈ ਹੁਣ ਜਦੋਂ ਵੋਟਾਂ ਜਿਹੜੀਆਂ ਚੋਣਾਂ ਉਹ ਬਹੁਤ ਨੇੜੇ ਆ ਚੁੱਕੀਆਂ ਨੇ ਮੈਸ ਦਿਨ ਰਹਿ ਗਏ ਗਿਣ ਕੇ ਉਹ ਦਿਨ ਜਦੋਂ ਰਹਿ ਗਏ ਨੇ ਹੁਣ ਕਿਸਾਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਰੈਲੀਆਂ ਬਹੁਤ ਸਾਰੀਆਂ ਹੋ ਰਹੀਆਂ ਨੇ ਜਨਤਾ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਵਾਅਦੇ ਆ ਜਿਹੜੇ ਉਹਨਾਂ ਦੀ ਛੜੀ ਲਗਾਈ ਜਾ ਰਹੀ ਹੈ ਬਹੁਤ ਸਾਰੇ ਲੋਕ ਲੁਭਾਉਣੇ ਵਾਅਦੇ ਉਹ ਵੀ ਕੀਤੇ ਜਾ ਰਹੇ ਆ ਪਰ ਉਹਦੇ ਵਿੱਚ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਸਭ ਤੋਂ ਜ਼ਿਆਦਾ ਇੱਕ ਦੂਜੇ ਉੱਪਰ ਜਿਹੜਾ ਟਿੱਪਣੀਆਂ ਕਰਨ ਦਾ ਸਿਲਸਿਲਾ ਹੈ ਉਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਟਿੱਪਣੀਆਂ ਇੱਕ ਦੂਜੇ ਉੱਪਰ ਸ਼ਬਦੀ ਹਮਲੇ ਆ ਜਿਹੜੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਤੇ ਕਿਸਾਨ ਹੈ ਜਿਹੜੇ ਇਸ ਦੇ ਵਿੱਚ ਕਿਤੇ ਨਾ ਕਿਤੇ ਗੁਆਚਦੇ ਜਾ ਰਹੇ ਆ ਗੁੰਮ ਹੁੰਦੇ ਜਾ ਰਹੇ ਆ ਕਿਸਾਨਾਂ ਦੇ ਜਿਹੜੇ ਮੁੱਦੇ ਪਹਿਲਾਂ ਜਿਸ ਨੂੰ ਉਬਾਲ ਦਿੱਤਾ ਜਾ ਰਿਹਾ ਸੀ ਉਹ ਹੁਣ ਕਿਤੇ ਦਿਖ ਹੀ ਨਹੀਂ ਰਹੇ ਕਿਸੇ ਰਾਜਨੀਤਿਕ ਹਸਤੀ ਦੀ ਜ਼ੁਬਾਨ ਤੇ ਇੱਕ ਵਾਰ ਵੀ ਨਹੀਂ ਆ ਰਿਹਾ ਕਿ ਕਿਸਾਨਾਂ ਲਈ ਕੁਝ ਵੱਖਰਾ ਕੀਤਾ ਜਾਵੇ ਗੱਲ ਵੀ ਆ ਰਹੀ ਆ ਤਾਂ ਸਿਰਫ ਇਨਾ ਹੀ ਕਿ ਕਿਸਾਨਾਂ ਦੇ ਜਿਹੜੇ ਬੈਂਕਾਂ ਦੇ ਕਰਜ਼ੇ ਆ ਉਹ ਮਾਫ਼ ਕਰ ਦਿੱਤੇ ਜਾਣ ਪਰ ਸਿਰਫ ਬੈਂਕਾਂ ਤੋਂ ਇਲਾਵਾ ਵੀ ਜਿਹੜੀਆਂ ਕਿਸਾਨਾਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਬੈਂਕਾਂ ਤੋਂ ਇਲਾਵਾ ਵੀ ਉਹਨਾਂ ਦੇ ਜਿਹੜੇ ਕਰਜ਼ੇ ਆ ਸਿਰ ਤੇ ਉਹ ਬਹੁਤ ਸਾਰੇ ਹੁੰਦੇ ਨੇ ਉਹਨਾਂ ਲਈ ਇਹ ਨਾ ਤਾਂ ਸਰਕਾਰ ਸੋਚ ਰਹੀ ਐ ਨਾ ਕੋਈ ਰਾਜਨੀਤਿਕ ਹਸਤੀ ਐ ਨਾ ਕੋਈ ਰਾਜਨੀਤਿਕ ਪਾਰਟੀ ਐ ਜਿਹੜੀ ਕੋਈ ਐਲਾਨ ਕਰੇ ਕਿ ਬੈਂਕਾਂ ਤੋਂ ਇਲਾਵਾ ਜਿਹੜੇ ਕਰਜ਼ੇ ਹੁੰਦੇ ਨੇ ਜਿਵੇਂ ਆੜਤੀਆਂ ਦੇ ਕਰਜ਼ੇ ਹੁੰਦੇ ਆ ਸ਼ਾਹੂਕਾਰਾਂ ਦੇ ਕਰਜ਼ੇ ਹੁੰਦੇ ਆ ਉਹਨਾਂ ਨੂੰ ਮਾਫੀ ਦੇ ਲਈ ਕੀ ਕੁਝ ਕੀਤਾ ਜਾਵੇ ਉਹ ਜਿਹੜੀਆਂ ਦਰਾਂ ਜਿਹੜੀਆਂ ਵਿਆਜ ਦੀਆਂ ਦਰਾਂ ਜਿਹੜੀਆਂ ਬਹੁਤ ਜ਼ਿਆਦਾ ਲੱਗਦੀਆਂ ਹਨ ਕਿਸਾਨਾਂ ਦੇ ਲਈ ਉਹਨਾਂ ਦੇ ਲਈ ਕੀ ਕਿਉਂ ਕੀਤਾ ਜਾਵੇ ਕੀ ਕੁਝ ਕੀਤਾ ਜਾਵੇ ਕਿਉਂਕਿ ਸਿਰਫ ਬੈਂਕਾਂ ਦੇ ਕਰਜ਼ੇ ਲਈ ਨਹੀਂ ਜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਬੈਂਕਾਂ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਕਰਜ਼ੇ ਹੁੰਦੇ ਨੇ ਕਿਉਂਕਿ ਬੈਂਕਾਂ ਨੇ ਤਾਂ ਇੱਕ ਲਿਮਿਟ ਨਿਰਧਾਰਿਤ ਕੀਤੀ ਹੁੰਦੀ ਹੈ ਕਿ ਇਹਨਾਂ ਜਿਹੜਾ ਪੈਸਾ ਹੈ ਉਹੀ ਬੈਂਕਾਂ ਤੋਂ ਕਿਸਾਨ ਲੈ ਸਕਦੇ ਨੇ ਪਰ ਜੇ ਸ਼ਾਹੂਕਾਰਾਂ ਆਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਬਹੁਤ ਸਾਰਾ ਪੈਸਾ ਹੈ ਜਿਹੜਾ ਰੋਜ਼-ਰੋਜ਼ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਖਰਚੇ ਹੁੰਦੇ ਆ ਉਹਨਾਂ ਦੇ ਲਈ ਕਿਸਾਨ ਆਰਤੀਆਂ ਤੋਂ ਥੋੜੇ-ਥੋੜੇ ਥੋੜੇ-ਥੋੜੇ ਪੈਸੇ ਲੈ ਲੈਂਦੇ ਰਹਿੰਦੇ ਆ ਜਦੋਂ ਤੇ ਉਹ ਬਹੁਤ ਵੱਡਾ ਬਜਟ ਬਣ ਜਾਂਦਾ ਤਾਂ ਫਿਰ ਉਹਦੇ ਉੱਪਰ ਅੱਗੇ ਲੱਗ ਜਾਂਦੇ ਆ ਵਿਆਜ ਦੀਆਂ ਦਰਾਂ ਜਿਹੜੀਆਂ ਘੱਟੋ-ਘੱਟ 7% ਦੀ ਤਾਂ ਜਿਹੜੇ ਆਰਤੀਆ ਉਹ ਲਗਾ ਹੀ ਦਿੰਦੇ ਆ ਫਿਰ ਉਹ ਆ ਜਿਹੜਾ ਉਹ ਵੀ ਬਹੁਤ ਵੱਡਾ ਇੱਕ ਚਿੱਠਾ ਬਣ ਜਾਂਦਾ ਤੇ ਉਹਦੇ ਤੋਂ ਵੀ ਕਿਸਾਨ ਪਰੇਸ਼ਾਨ ਹੁੰਦੇ ਨੇ ਤੇ ਅੱਜ ਤੱਕ ਦੀਆਂ ਜਿਨੇ ਵੀ ਕਿਸਾਨਾਂ ਨੂੰ ਲੈ ਕੇ ਵਾਦੇ ਹੋਏ ਨੇ ਜਿਨੇ ਵੀ ਕਿਸਾਨਾਂ ਨੂੰ ਲੈ ਕੇ ਐਲਾਨ ਕੀਤੇ ਗਏ ਨੇ ਉਸ ਦੇ ਵਿੱਚ ਕਿਸੇ ਨੇ ਵੀ ਸ਼ਾਹੂਕਾਰਾਂ ਜਾਂ ਆਰਤਿਆਂ ਦਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੇ ਵੱਲੋਂ ਜਿਹੜੇ ਕਰਜ਼ੇ ਹੁੰਦੇ ਆ ਵਿਆਜਦਾਰਾਂ ਹੁੰਦੀਆਂ ਕਿਸਾਨਾਂ ਦੇ ਲਈ ਉਹਨਾਂ ਨੂੰ ਘੱਟ ਕਰਨ ਜਾਂ ਫਿਰ ਮਾਫ ਕਰਨ ਦੇ ਲਈ ਕੁਝ ਰਾਜਨੀਤਿਕ ਪਾਰਟੀਆਂ ਜਾਂ ਫਿਰ ਸਰਕਾਰਾਂ ਕਿਸੇ ਤਰ੍ਹਾਂ ਦਾ ਕੋਈ ਕਦਮ ਚੁੱਕਣ ਕੀਆ ਜੀ ਦੇ ਨਾਲ ਇਹ ਗੱਲ ਇਹ ਵੀ ਹੈਗੀ ਹੈ ਕਿ ਜਦ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਕਰਜ਼ਾ ਮਾਫੀ ਦੀ ਗੱਲ ਤਾਂ ਆਲਮੋਸਟ ਹਰ ਪਾਰਟੀ ਕਰ ਹੀ ਰਹੀ ਹੈ ਪਰ ਕਰਜ਼ਾ ਮਾਫੀ ਜਿਹੜਾ ਹੈ ਇਸ ਹੱਦ ਤੱਕ ਜਿਹੜਾ ਪੰਜਾਬ ਦੇ ਕਿਸਾਨ ਪਹੁੰਚੇ ਕਿਉਂ ਉਹ ਕਿਹੜੀਆਂ ਨੀਤੀਆਂ ਨੇ ਕਿਉਂ ਜਿਹੜੀ ਖੇਤੀਬਾੜੀ ਹੈ ਇਹ ਬਣ ਗਈ ਹੈ ਘਾਟੇ ਦਾ ਸੌਦਾ ਇਸ ਇਹਨਾਂ ਨੀਤੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਨਸਿਡਰੇਸ਼ਨ ਨਹੀਂ ਹੋ ਰਹੀ ਇਸ ਬਾਰੇ ਗੱਲ ਕਰਨ ਹੀ ਵਰਜਿਤ ਕੀਤੀ ਹੋਈ ਹੈ ਕੋਈ ਗੱਲ ਹੀ ਨਹੀਂ ਕਰ ਰਿਆ ਕੁਝ ਅਜੇਹੀਆਂ ਗੱਲਾਂ ਕੁਝ ਅਜਿਹੇ ਮੈਨੀਫੈਸਟੋਸ ਦੇ ਵਿੱਚ ਵਾਅਦੇ ਕਰ ਜਾਂਦੇ ਨੇ ਜਿਹੜੇ ਕਿ ਬਿਲਕੁਲ ਹਵਾਈ ਲੱਗਦੇ ਨੇ ਤੇ ਜਦ ਅਸੀਂ ਗੱਲ ਕਰਦੇ ਆ ਕਿਸਾਨਾਂ ਦੀ ਤੇ ਅਸੀਂ ਧੁਰ ਤੱਕ ਗੱਲ ਲੈ ਕੇ ਜਾਂਦੇ ਆ ਸਾਡੀ ਕੋਸ਼ਿਸ਼ ਹੈ ਹੀ ਰਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਘਰ ਤੱਕ ਤੁਹਾਨੂੰ ਲੈ ਕੇ ਜਾਈਏ ਉਹ ਕਿਸ ਲਹਿਜ਼ੇ ਚ ਕਰਜ਼ਾ ਮੰਗਦਾ ਉਹ ਕਿਸ ਮਜਬੂਰੀ ਚ ਕਰਜ਼ਾ ਮੰਗਦਾ ਉਸ ਨੂੰ ਕੀ ਲੋਡ ਪੈ ਜਾਂਦੀ ਹੈ ਕਰਜ਼ਾ ਲੈਣ ਦੀ ਤੇ ਉਸ ਦੇ ਉੱਪਰ ਜਿਵੇਂ ਕਿ ਸੰਦੇਸ਼ ਨੇ ਕਿਹਾ ਕਿ ਆੜਤੀਆਂ ਤੇ ਕੋਈ ਗੱਲ ਨਹੀਂ ਕਰਦਾ ਸਹੂਕਾਰਾਂ ਤੇ ਕੋਈ ਗੱਲ ਨਹੀਂ ਕਰਦਾ ਬੈਂਕਾਂ ਤੋਂ ਜਿਹੜਾ ਕਰਜ਼ਾ ਦਿੱਤਾ ਉਸ ਮਾਫੀ ਦੀ ਗੱਲ ਕਰਦੇ ਨੇ ਤੇ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਹੜਾ ਕਿ ਕਰਜ਼ਾ ਮਾਫੀ ਜੜੀ ਉਹਨਾਂ ਨੂੰ ਚਾਹੀਦੀ ਨਹੀਂ ਹੋਏਗੀ ਜੇ ਕਿਤੇ ਨਾ ਕਿਤੇ ਥੋੜੀ ਰਿਵੈਟ ਮਿਲ ਜਾਵੇ ਚਲੋ ਮਿਡਲ ਵੇਜ਼ ਹੈਗੇ ਨੇ ਸਬਸਿਡੀਆਂ ਮਿਲ ਜਾਣ ਮਿਡਲ ਵੇਜ਼ ਦੇ ਕਿਸੇ ਵੀ ਤਰ੍ਹਾਂ ਦੀ ਅੱਖ ਜਿਹੜੀ ਹੈ ਉਹ ਨਹੀਂ ਰੱਖੀ ਜਾ ਰਹੀ ਸੋ ਕੋਸ਼ਿਸ਼ ਹੈ ਕਿ ਮੀਡਲ ਵੇਸ ਜਿਹੜੇ ਨੇ ਉਹ ਕੱਢੇ ਜਾਣ ਪੂਰੀ ਦੀ ਪੂਰੀ ਇਕਨੋਮਿਸ ਦੀ ਟੀਮ ਹੁੰਦੀ ਹੈ ਸਰਕਾਰ ਦੇ ਕੋਲ ਪੂਰੇ ਦੇ ਪੂਰੇ ਜਿਹੜੇ ਖੇਤੀਬਾੜੀ ਨੂੰ ਪੂਰੇ ਦੇ ਪੂਰੇ ਲੋਕ ਅਜਿਹੇ ਨੇ ਜਿਹੜੇ ਕਿ ਸਮਰਪਤ ਨੇ ਇਸ ਕਿੱਤੇ ਨੂੰ ਜੇ ਲੈ ਕੇ ਗੱਲ ਕਰੀਏ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਲੈ ਕੇ ਗੱਲ ਕਰੀਏ ਪੂਰਾ ਦਾ ਪੂਰਾ ਇਨਾਂ ਵੱਲ ਧਿਆਨ ਦਿੰਦੇ ਨੇ ਪਰ ਉਹਨਾਂ ਦੀ ਸ਼ਾਇਦ ਮੈਥ ਸਾਇੰਸ ਸਭ ਕੁਝ ਇਸ ਵਿੱਚ ਫੇਲ ਹੋ ਚੁੱਕੀ ਹੈਗੀ ਹੈ